ईडी पंजाबी देख रहे सारे दर्शकों का स्वागत। मैं हाँ रीमा। सूरत ते सीरत दा सुमेल है औरत। इस खूबसूरती दे करके औरत दे कई कसीदे भी पढ़े गए ते उन्हों कई वारी सलाया भी गया और इसे खूबसूरती ने उहदे लई कई राह भी खोले ने। वैसे तो औरत ने हर पासे मल्लां मारियां ने, हर खेतर दे विच अपना नाम कमाया, पर एक खूबसूरती दा खेतर उहो जिहा खेतर है जिहदे विच औरत दे लई कई राह निकलदे ने। और इसे दे मद्देनज़र साडा अज दा विशा है मॉडलिंग दे खेतर दे विच औरतों लई मौके। इस विषय के उपर साढ़े नाल गलबात करन दे लई साढ़े स्टूडियो दे विच उचेचे तौर पर मौजूद ने हरप्रीत कौर जी, जिहड़े कोहिनूर मिसिज़ वर्ल्ड पंजाबन दे फस्ट रनर अप ने। तुसीं भी साढ़े इस प्रोग्राम दे विच शिरकत कर सकदे हो। साढ़े फोन नंबर ने 0181-281-4261, 0181-281-4264। हरप्रीत कौर जी, तुहाडा बहुत बहुत स्वागत है साढ़े प्रोग्राम दे विच। अपनी गलबात का सिलसिला असीं इस सवाल दे नाल शुरू करदे हां कि जदों असीं मॉडलिंग दे खेतर दे विच मौकियां दी गल करदे हां ते किहो जे मौके ने इन्हां कुड़ियां दे लई, इन्हां औरतां दे लई, तां कि ओह वी खूबसूरती दे इस खेतर दे विच अपना नाम बना सकन। मॉडलिंग दे खेतर दे विच बहुत सारे मौके ने जी, जे अपने अंदर चिणग हैगी है ना ते आपां ओह मौके लभ ही लवांगे। देखो अज कल सोशल मीडिया दा जमाना हैगा, न्यूज़ पेपर ने साडे कोल, फेसबुक है, इंस्टाग्राम है, नैट ते आपां किन्ना कुछ सर्च करदे आ, सारे किते एड्स आउंदियां ही रहिंदियां ने, न्यूज़पेपर च वी आउंदियां ने, उहदे च उहनां ने दित्ता हुंदा ब्यूटी पेजेंट हो रिहा। ते जे साडे अंदर चिणग हैगी ते असीं जरूर उहनूं पढ़ के ते इक वारी सोचांगे वी यार असीं वी ट्राई करिए इक वारी। जी जी जी, सोहणी तां मैं वी दिख रही हां, क्यों ना मैं वी ट्राई करां, इही सोच दिमाग दे विच आउंदी है। पर फॉर्मैलिटीज़ की ने, क्योंकि कई वारी कुड़ियां या औरतां इहनां गल्लां तों अवेयर नहीं हुंदियां कि जे असीं किसे सौंदर्य प्रतियोगिता दे विच हिस्सा लैणा है, किसे ਬਿਊਟੀ ਕੰਪੀਟੀਸ਼ਨ ਦੇ ਵਿੱਚ ਜਾਣਾ ਤੇ ਅਸੀਂ ਕੀ ਕਰੀਏ, ਕੀ ਰਾਹ ਹੈ ਉਹਦੇ ਵਿੱਚ? ਮੈਡਮ ਇਹ ਹੁੰਦਾ ਵੀ ਹਰੇਕ ਬਿਊਟੀ ਜਿਹੜਾ ਪੇਜੈਂਟ ਹੁੰਦਾ ਉਹਦੇ ਵੱਖਰੇ ਵੱਖਰੇ ਸਟੈਪ ਹੁੰਦੇ ਨੇ। ਕੁਝ ਬਿਊਟੀ ਪੇਜੈਂਟ ਐਸੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦਿੱਤਾ ਹੁੰਦਾ ਕਿ ਰਜਿਸਟ੍ਰੇਸ਼ਨ ਫਾਰਮ ਤੁਸੀਂ ਫਿਲ ਕਰਨੇ ਨੇ, ਕਈਆਂ ਦੇ ਆਨਲਾਈਨ ਫਿਲ ਹੁੰਦੇ ਨੇ, ਕਈਆਂ ਦੇ ਦੂਸਰੀ ਤਰ੍ਹਾਂ ਫਿਲ ਹੁੰਦੇ ਨੇ, ਠੀਕ ਹੈ। ਤੇ ਉਹਦੇ 'ਚ ਇਹ ਹੁੰਦਾ, ਪਹਿਲਾਂ ਤੁਸੀਂ ਫਾਰਮ ਫਿਲ ਕਰਦੇ ਹੋ, ਆਪਣੀਆਂ ਫੋਟੋਗ੍ਰਾਫਸ ਦਿੰਦੇ ਹੋ ਉਹਨਾਂ ਨੂੰ, ਉਸ ਤੋਂ ਬਾਅਦ ਉਹਨਾਂ ਦੇ ਕੁਛ ਆਪਣੀ ਆਪਣਾ ਜਿਹੜਾ ਹੈਗਾ ਕੀ ਕਹਿੰਦੇ, ਕਈਆਂ ਦੀ ਫੀਸ ਵਗੈਰਾ ਵੀ ਹੁੰਦੀ ਹੈ, ਕਈ ਵਿਦਆਊਟ ਫੀਸ ਵੀ ਹੁੰਦੇ ਨੇ ਆਡੀਸ਼ਨ ਤੋਂ ਬਾਅਦ। ਪਹਿਲੇ ਆਡੀਸ਼ਨ ਹੁੰਦੇ ਨੇ, ਉਹਦੇ ਵਿੱਚ ਸਿਲੈਕਟ ਹੁੰਦਾ, ਉਸ ਆਡੀਸ਼ਨ ਦੇ ਵਿੱਚ ਲੜਕੀਆਂ ਨੂੰ ਬਹੁਤ ਕੁਛ ਪਤਾ ਲੱਗ ਜਾਂਦਾ ਕਿ ਅਸੀਂ ਕਿੱਦਾਂ ਆਪਣੇ ਆਪ ਨੂੰ ਰਿਪ੍ਰਜੈਂਟ ਕਰਨਾ ਜੀ, ਸਟੇਜ ਤੇ ਕਿੱਦਾਂ ਚੱਲਣਾ, ਕਿੱਦਾਂ ਦਾ ਸਾਡਾ ਪਹਿਰਾਵਾ ਹੋਣਾ ਚਾਹੀਦਾ, ਕਿੱਦਾਂ ਅਸੀਂ ਗੱਲਬਾਤ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਟਾਰਟਿੰਗ ਦੇ ਵਿੱਚ ਹੀ ਕਨਫਰਮ ਹੋ ਜਾਂਦੀਆਂ। ਓਕੇ, ਉਸ ਤੋਂ ਬਾਅਦ ਜਦੋਂ ਇੱਕ ਲੜਕੀ ਨੇ ਜਾਂ ਇੱਕ ਔਰਤ ਨੇ ਉਹ ਸੌਂਦਰਯ ਮੁਕਾਬਲਾ ਜਿਹੜਾ, ਉਹ ਬਿਊਟੀ ਕੰਟੈਸਟ ਜਿਹੜਾ ਉਹ ਜਿੱਤ ਲਿਆ, ਉਸ ਤੋਂ ਬਾਅਦ ਉਹਦੇ ਲਈ ਕੀ ਕੀ ਰਾਹ ਖੁੱਲ੍ਹਦੇ ਨੇ? ਮੰਨ ਲਓ ਇੱਕ ਮਾਡਲ ਬਣ ਗਈ ਹੈ, ਮਾਡਲਿੰਗ ਤੋਂ ਬਾਅਦ ਉਹਦੇ ਲਈ ਅੱਗੋਂ ਕੀ ਮੌਕੇ ਨੇ? ਮਾਡਲਿੰਗ ਤੋਂ ਬਾਅਦ ਦੇਖੋ ਜਿਹੜਾ ਜਿੱਤ ਗਿਆ ਉਹਦੇ ਲਈ ਤਾਂ ਮੌਕੇ ਮੌਕੇ ਨੇ, ਪਰ ਜਿਹੜੇ ਬਾਕੀ ਦੇ ਉਹਦੇ 'ਚ ਰਨ ਕਰਦੇ ਨੇ ਉਹਦੇ ਨਾਲ, ਉਹਨਾਂ ਲਈ ਵੀ ਮੌਕੇ ਬਹੁਤ ਜ਼ਿਆਦਾ ਹੋ ਜਾਂਦੇ ਨੇ। ਜਿਵੇਂ ਕਈ ਹੈਗੇ ਆ ਸਕੂਲਸ ਦੇ ਵਿੱਚ ਉਹਨਾਂ ਨੂੰ ਮੌਕੇ ਮਿਲਦੇ ਨੇ, ਜਿਹੜੀਆਂ ਘਰ ਤੋਂ ਜ਼ਿਆਦਾ ਨਹੀਂ ਬਾਹਰ ਨਿਕਲ ਸਕਦੀਆਂ, ਬੱਚੇ ਛੋਟੇ ਨੇ, ਉਹਨਾਂ ਲਈ ਇਹ ਮੌਕੇ ਹੈਗੇ ਨੇ ਕਿ ਉਹ ਆਪਣੇ ਬੁਟੀਕਸ ਰਨ ਕਰ ਸਕਦੀਆਂ, ਘਰ ਦੇ ਵਿੱਚ ਅਕੈਡਮੀਜ਼ ਖੋਲ੍ਹ ਸਕਦੀਆਂ ਨੇ, ਬੱਚਿਆਂ ਨੂੰ ਦੇਣ ਵਾਸਤੇ ਸਿੱਖਿਆ ਵੀ, ਹਾਂ ਇਸ ਤਰ੍ਹਾਂ ਤੁਸੀਂ ਅੱਗੇ ਜਾਣਾ, ਇਹ ਤੁਸੀਂ ਫਿਊਚਰ ਪਲਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹੈਗੇ ਆ ਸੌਂਗਸ ਦੇ ਵਿੱਚ ਉਹਨਾਂ ਦੇ ਐਜ਼ ਏ ਮਾਡਲ ਜੀ, ਠੀਕ ਹੈ, ਐਡਸ ਦੇ ਵਿੱਚ ਹੋ ਜਾਂਦਾ ਉਹਨਾਂ ਦਾ ਕਾਫੀ ਜਗ੍ਹਾ ਤੇ, ਮੂਵੀਜ਼ ਦੇ ਵਿੱਚ ਉਹਨਾਂ ਨੂੰ ਵਧੀਆ ਆਫਰਸ ਆਉਂਦੀਆਂ ਨੇ ਜੀ, ਇੱਦਾਂ ਦੇ ਰਾਹ ਖੁੱਲ ਜਾਂਦੇ ਉਹਨਾਂ ਲਈ ਜੀ। ਜਦੋਂ ਤੁਸੀਂ ਇੱਕ ਮਾਡਲਿੰਗ ਦੇ ਵਿੱਚ ਸੋਚ ਲਿਆ ਕਿ ਮੈਂ ਇਹਦੇ ਵਿੱਚ ਕਰੀਅਰ ਬਣਾਉਣਾ ਹੀ ਹੈ, ਤੇ ਉਸ ਤੋਂ ਬਾਅਦ ਤੁਹਾਡੇ ਲਈ ਗਲੈਮਰ ਫੀਲਡ ਦੇ ਹੋਰ ਵੀ ਕਈ ਜ਼ਿਆਦਾ ਅਵਸਰ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਆ ਜਾਂਦੇ ਨੇ, ਜਿਵੇਂ ਕਿ ਮੈਮ ਨੇ ਦੱਸਿਆ ਹੈ ਕਿ ਤੁਸੀਂ ਚਾਹੋ ਤਾਂ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ, ਸੌਂਗਸ ਦੇ ਵਿੱਚ, ਐਡਸ ਵਿੱਚ ਵੀ ਟਰਾਈ ਕਰ ਸਕਦੇ ਹੋ। ਪਰ ਪਰਸਨਲ ਲੈਵਲ 'ਤੇ ਜੇ ਆਪਾਂ ਗੱਲ ਕਰੀਏ ਤਾਂ ਪਰਸਨਲ ਲੈਵਲ 'ਤੇ ਇੱਕ ਔਰਤ ਦੇ ਵਿੱਚ ਕੀ ਬਦਲਾਵ ਆਉਂਦਾ? ਪਰਸਨਲ ਲੈਵਲ 'ਤੇ ਦੇਖੋ ਉਹਦਾ ਸਭ ਕੁਛ ਹੀ ਚੇਂਜ ਹੋ ਜਾਂਦਾ। ਪਹਿਲਾਂ ਜਿਹੜਾ ਟਾਈਮ ਸੀਗਾ ਬੱਚੇ ਦੇ ਇਰਦ ਗਿਰਦ, ਹਸਬੈਂਡ ਦੇ ਇਰਦ ਗਿਰਦ, ਘਰ ਦੇ ਇਰਦ ਗਿਰਦ, ਉਸ ਤੋਂ ਬਾਅਦ ਇਹ ਚੀਜ਼ ਹੋ ਜਾਂਦੀ ਆ ਉਹਦੇ ਲਈ ਕਿ ਉਹਨੇ ਘਰ ਵੀ ਸੰਭਾਲਣਾ, ਹਸਬੈਂਡ ਨੂੰ ਵੀ ਦੇਖਣਾ, ਫੈਮਿਲੀ ਦੀ ਜ਼ਿੰਮੇਵਾਰੀਆਂ ਵੀ ਸਾਰੀਆਂ ਪੂਰੀਆਂ ਕਰਨੀਆਂ, ਅਤੇ ਜਿਹੜਾ ਉਹਦਾ ਆਪਣਾ ਇੰਟਰਸਟ ਹੈਗਾ ਜਿਹੜਾ ਉਹਨੇ ਜਿੱਤਿਆ ਅੱਗੇ ਗਈ ਹੈ ਜਿਸ ਫੀਲਡ ਦੇ ਵਿੱਚ, ਉਹਨੇ ਉਹ ਫੀਲਡ ਨੂੰ ਵੀ ਕਵਰ ਕਰਨਾ, ਦੋ ਦੋ ਡਬਲ ਡਬਲ ਜ਼ਿੰਮੇਵਾਰੀਆਂ ਹੋ ਗਈਆਂ, ਅਤੇ ਉਹਨੇ ਉਹਨਾਂ ਨੂੰ ਇਕੁਅਲ ਲੈ ਕੇ ਚੱਲਣਾ ਤਾਂ ਕਿ ਫੈਮਿਲੀ ਦਾ ਵੀ ਜਿਹੜਾ ਹੈਗਾ ਬੈਲੈਂਸ ਨਾ ਖਰਾਬ ਹੋਵੇ, ਅਤੇ ਜਿਹੜਾ ਉਹਨੇ ਫੀਲਡ ਚੁੜਿਆ ਉਹਦਾ ਵੀ ਬੈਲੈਂਸ ਨਾ ਖਰਾਬ ਹੋਵੇ ਜੀ ਜੀ, ਇਸ ਲਈ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਜੀ। ਬਟ ਪਰਸਨਲ ਲੈਵਲ 'ਤੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਵਾਰੀ ਇੱਦਾਂ ਹੁੰਦਾ ਕਿ ਔਰਤਾਂ ਦੇ ਵਿੱਚ ਕੌਨਫੀਡੈਂਸ ਲੈਵਲ ਅਪ ਹੁੰਦਾ ਹੈ, ਹੋਰ ਜੇ ਆਪਾਂ ਪਰਸਨਲ ਲੈਵਲ ਦੀ ਹੀ ਗੱਲ ਕਰੀਏ ਤਾਂ ਕੀ ਬਦਲਾਵ ਇੱਕ ਔਰਤ ਮਾਡਲਿੰਗ ਦੇ ਖੇਤਰ ਦੇ ਵਿੱਚ ਆਉਣ ਤੋਂ ਬਾਅਦ, ਜਾਂ ਇੱਕ ਲੜਕੀ ਮੰਨ ਲਓ 16-17 ਸਾਲਾਂ ਦੀ ਲੜਕੀ ਹੈ, ਉਹਨੇ ਫਸਟ ਟਾਈਮ ਮਾਡਲਿੰਗ ਨੂੰ ਆਪਣਾ ਕਰੀਅਰ ਚੁਣਿਆ, ਤਾਂ ਉਹਦੇ ਅੰਦਰ ਕੀ ਬਦਲਾਵ ਹੁੰਦਾ?
ਉਹਦੇ ਵਿੱਚ ਦੇਖੋ ਇਹ ਬਦਲਾਵ ਆਏਗਾ। ਪਹਿਲੇ ਤਾਂ ਸਭ ਤੋਂ ਪਹਿਲੀ ਗੱਲ ਹੈ, ਜਿਹਨੇ ਕਦੇ ਬੋਲਿਆ ਨਹੀਂ ਉਹਦੇ 'ਤੇ ਕੌਨਫੀਡੈਂਸ ਲੈਵਲ ਇੰਨਾ ਜ਼ਿਆਦਾ ਅਪ ਹੋ ਜਾਣਾ, ਕਿਉਂਕਿ ਉੱਥੇ ਹਰੇਕ ਜਗ੍ਹਾ 'ਤੇ ਤੁਹਾਨੂੰ ਬੋਲਣਾ ਪੈਣਾ, ਆਪਣੇ ਆਪ ਨੂੰ ਰਿਪ੍ਰਜੈਂਟ ਕਰਨਾ ਬਹੁਤ ਔਖੀ ਗੱਲ ਹੈ ਜੀ, ਠੀਕ ਹੈ ਨਾ। ਉਹਦੇ 'ਚ ਇਹ ਚੀਜ਼ ਹੋ ਗਈ ਕਿ ਤੁਸੀਂ ਆਪਣੇ ਆਪ ਨੂੰ ਪਹਿਲਾਂ ਰਿਪ੍ਰਜੈਂਟ ਕਰਨਾ ਸਿੱਖਦੇ ਹੋ ਕਿ ਤੁਸੀਂ ਕੀ ਹੋ, ਤੁਹਾਡੇ ਅੰਦਰ ਕੀ ਹੈ। ਆਪਣੇ ਆਪ ਨੂੰ ਜਦੋਂ ਤੁਸੀਂ ਐਕਸਪਲੇਨ ਕੀਤਾ, ਫਿਰ ਤੁਸੀਂ ਦੂਸਰੇ ਨੂੰ ਐਕਸਪਲੇਨ ਕਰ ਸਕਦੇ ਹੋ। ਜਦ ਤੱਕ ਤੁਹਾਨੂੰ ਉਹ ਨਹੀਂ ਆਏਗਾ, ਉਨੀ ਦੇਰ ਤੱਕ ਤੁਸੀਂ ਦੂਸਰੇ ਨੂੰ ਨਹੀਂ ਐਕਸਪਲੇਨ ਕਰ ਸਕਦੇ। ਫਿਰ ਉਸ ਤੋਂ ਬਾਅਦ ਤੁਹਾਡੇ ਪਹਿਰਾਵੇ ਦੀ ਗੱਲ ਆ ਜਾਂਦੀ ਹੈ। ਪਹਿਰਾਵਾ ਉਹਦਾ ਮਤਲਬ ਜਿਹੜਾ ਹੈਗਾ ਕਿ ਸਿਮਟੀ ਜੀ ਰਹਿੰਦੀ ਹੈ ਜੀ, ਠੀਕ ਹੈ, ਉਹਨੂੰ ਪਹਿਰਾਵੇ ਦਾ ਥੋੜ੍ਹਾ ਹੋ ਗਿਆ ਕਿ ਹਾਂ ਇਹ ਫੈਸ਼ਨ ਹੈ ਜੀ ਜੀ, ਅਸੀਂ ਇਹ ਵੀ ਟਰਾਈ ਕਰ ਸਕਦੇ ਹਾਂ, ਅਸੀਂ ਵੈਸਟਰਨ ਵੀ ਟਰਾਈ ਕਰ ਸਕਦੇ ਹਾਂ, ਅਸੀਂ ਪੰਜਾਬੀ ਵੀ ਟਰਾਈ ਕਰ ਸਕਦੇ ਹਾਂ, ਅਸੀਂ ਹਰਿਆਣਵੀ ਵੀ ਟਰਾਈ ਕਰ ਸਕਦੇ ਹਾਂ। ਹਰ ਚੀਜ਼ ਲਈ ਮਤਲਬ ਉਹਨੂੰ ਹੁੰਦਾ ਕਿ ਨਹੀਂ ਮੈਂ ਇਹ ਵੀ ਟਰਾਈ ਕਰਾਂ, ਅਪ ਟੂ ਡੇਟ, ਹਾਂ ਅਪ ਟੂ ਡੇਟ ਹੋ ਜਾਂਦੀ ਹੈ ਜੀ। ਦੂਸਰਾ ਇਹ ਚੀਜ਼ ਹੋ ਜਾਂਦੀ ਹੈ ਵੀ ਸੋਸ਼ਲ ਮੀਡੀਆ ਦੇ ਨਾਲ ਜ਼ਿਆਦਾ ਅਟੈਚ ਹੋ ਜਾਂਦੀ ਹੈ, ਕਿਉਂਕਿ ਲੋਕ ਉਹਦੇ ਨਾਲ ਜਿੱਥੇ ਉਹਨੂੰ 50 ਲੋਕ ਜਾਣਦੇ ਉੱਥੇ 200 ਜਾਣਨ ਲੱਗ ਜਾਂਦੇ ਹੈ, ਫਿਰ ਉਹਨਾਂ ਨਾਲ ਸੋਸ਼ਲ ਮੀਡੀਆ 'ਤੇ ਗੱਲਬਾਤ ਸ਼ੁਰੂ ਹੁੰਦੀ ਹੈ, ਨਵੇਂ ਨਵੇਂ ਉਹਨੂੰ ਐਕਸਪੀਰੀਅੰਸਿਸ ਹੁੰਦੇ ਨੇ ਕਿ ਹਾਂ ਅੱਜ ਇਹਨੂੰ ਮਿਲਿਆ, ਅਸੀਂ ਕੱਲ੍ਹ ਨੂੰ ਕਿਸੇ ਵੱਡੇ ਨੂੰ ਮਿਲਾਂਗੇ, ਠੀਕ ਹੈ, ਜਿਹੜੇ ਉਸ ਸਫਲਤਾ ਉਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰ ਚੁੱਕੇ ਨੇ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ, ਅਤੇ ਲਾਈਫ ਸਟਾਈਲ ਇੱਕਦਮ ਜਿਵੇਂ ਕਹਿ ਲਓ ਵੀ ਚੇਂਜ ਹੀ ਹੋ ਜਾਂਦਾ, ਲਾਈਫ ਸਟਾਈਲ ਚੇਂਜ ਹੋ ਜਾਂਦਾ। ਔਰ ਜਿਹੜੀ ਲੜਕੀ ਨੇ ਕਦੇ ਆਪਣੇ ਵੱਲ ਧਿਆਨ ਨਹੀਂ ਦਿੱਤਾ ਹੁੰਦਾ, ਆਪਣੀ ਫਿਟਨੈਸ ਵੱਲ ਵੀ ਧਿਆਨ ਦੇਣ ਲੱਗ, ਫਿਟਨੈਸ ਵੱਲ ਪੂਰਾ ਧਿਆਨ ਹੋ ਜਾਂਦਾ, ਇਹ ਚੀਜ਼ ਹੋ ਜਾਂਦੀ ਕਿ ਨਹੀਂ ਅੱਜ ਮੈਂ ਜੇ ਹੈ ਤਾਂ ਮੈਂ ਪਰਫੈਕਟ ਦਿਖਣੀ ਚਾਹੀਦੀ ਹੈ ਜੀ, ਬਿਲਕੁਲ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਔਕੜਾਂ ਦੀ, ਕਿਉਂਕਿ ਜੇ ਮੌਕੇ ਵੀ ਨੇ, ਤੁਸੀਂ ਕਿਸੇ ਰਾਹ ਵੱਲ ਜਾਣਾ ਵੀ ਹੈ, ਤਾਂ ਉੱਥੇ ਨੋ ਡਾਊਟ ਕੋਈ ਨਾ ਕੋਈ ਔਕੜ ਵੀ ਆਉਂਦੀ ਹੈ। ਤੁਸੀਂ ਮਿਸਿਸ ਵਰਲਡ ਪੰਜਾਬਣ 2018 ਕੋਹੇਨੂਰ ਮਿਸਿਸ ਵਰਲਡ ਪੰਜਾਬਣ 2018 ਦੇ ਫਸਟ ਰਨਰ ਅਪ ਹੋ, ਇਸ ਪੂਰੇ ਸਫ਼ਰ ਦੇ ਦੌਰਾਨ ਤੁਹਾਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪਿਆ? ਇਸ ਪੂਰੇ ਸਫ਼ਰ 'ਚ ਮੈਨੂੰ ਔਕੜਾਂ ਤਾਂ ਬਹੁਤ ਆਈਆਂ ਜੀ, ਪਰ ਮੇਰੀ ਫੈਮਲੀ, ਮੇਰੀ ਆ ਦੋਨੋਂ ਮਦਰਸ, ਮੇਰੇ ਮਦਰ ਲਾਅ ਅਤੇ ਮੇਰੇ ਆਪਣੇ ਮਦਰ, ਉਹਨਾਂ ਨੇ ਮੈਨੂੰ ਇੰਨੀ ਜ਼ਿਆਦਾ ਸਪੋਰਟ ਕੀਤੀ ਹੈ, ਮੈਨੂੰ ਲੱਗਿਆ ਹੀ ਨਹੀਂ ਕਿ ਮੈਂ ਨੂੰਹ ਹੈ ਜਾਂ ਮੈਂ ਅਲੱਗ ਵੱਖਰੀ ਹੈਗੀ ਹਾਂ। ਮੇਰੇ ਹਸਬੈਂਡ ਵੀ ਸਭ ਤੋਂ ਵੱਧ ਸਪੋਰਟਿਵ ਰਹੇ ਨੇ ਇਸ ਉਹਦੇ ਵਿੱਚ, ਕੌਨਸਰਟ ਵਿੱਚ, ਅਤੇ ਮੇਰੀ ਬੇਟੀ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਹੈ, ਹਾਲਾਂਕਿ ਉਹ ਛੋਟੀ ਹੈ, 5 ਈਅਰਸ ਦੀ ਹੈ, ਬਟ ਉਹਦਾ ਇਹ ਸੀਗਾ ਕਿ ਮੰਮਾ, ਉਹ ਵਿਚਾਰੀ ਨੇ ਮਤਲਬ ਅੱਜ ਤੱਕ ਕਦੇ ਆਪਣਾ ਨਹੀਂ ਕੀਤਾ ਕਿ ਮੈਂ ਆਪਣੇ ਆਪ ਸਕੂਲ ਚਲੀ ਜਾਵਾਂਗੀ, ਬਟ ਤੁਸੀਂ ਆਪਣੇ ਸ਼ੋਅ 'ਤੇ ਕੰਸਨਟ੍ਰੇਟ ਕਰੋ ਜੀ। ਉਹਦਾ ਇਹ ਸੀਗਾ, ਮੈਨੂੰ ਇਹ ਚੀਜ਼ ਸੀ ਵੀ ਕਿਤੇ ਨਾ ਕਿਤੇ ਉਹਦਾ ਸਕੂਲ ਮਿਸ ਹੋ ਜਾਏਗਾ, ਠੀਕ ਹੈ, ਉਹਨੂੰ ਉਹਦੀ ਸਟੱਡੀ ਦਾ ਲੌਸ ਹੋਏਗਾ, ਬਟ ਨਹੀਂ, ਸਭ ਕੁਛ ਹੌਲੀ 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 ਮੈਨੇਜ ਹੋ ਗਿਆ। ਤੁਹਾਨੂੰ ਫੈਮਿਲੀ ਵੱਲੋਂ ਸਪੋਰਟ ਮਿਲੀ, ਜਿਹੜੀ ਕਿ ਬਹੁਤ ਵਧੀਆ ਗੱਲ ਹੈ, ਪਰ ਅਕਸਰ ਅਸੀਂ ਇਹ ਦੇਖਦੇ ਹਾਂ ਕਿ ਫੈਮਿਲੀਜ਼ ਦੇ ਵਿੱਚ ਸਹੀ ਨਹੀਂ ਸਮਝਿਆ ਜਾਂਦਾ, ਫੈਮਿਲੀ ਦੇ ਵਿੱਚ, ਉਸ ਤੋਂ ਬਾਅਦ ਸਾਡਾ ਆਲਾ ਦੁਆਲਾ, ਸਾਡਾ ਸਮਾਜ ਜਿਹੜਾ, ਉਹ ਇਹਨਾਂ ਗੱਲਾਂ ਨੂੰ ਸਹੀ ਨਹੀਂ ਸਮਝਦਾ ਕਿ ਕੋਈ ਕੁੜੀ ਰੈਂਪ 'ਤੇ ਵਾਕ ਕਿਉਂ ਕਰੇ, ਔਰ ਉਸ ਚੀਜ਼ ਨੂੰ ਗਲੈਮਰ ਦੇ ਨਾਲ ਜੋੜ ਕੇ ਗਲਤ ਵੀ ਸਮਝਿਆ ਜਾਂਦਾ। ਹਾਂਜੀ, ਉਹਨਾਂ ਲੋਕਾਂ ਨੂੰ, ਉਹਨਾਂ ਫੈਮਿਲੀਜ਼ ਨੂੰ, ਉਸ ਸਮਾਜ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹਨਾਂ ਔਕੜਾਂ ਤੋਂ ਕਿਵੇਂ ਪਾਰ ਪਾ ਸਕਣ, ਔਰ ਜਿਹੜੀਆਂ ਲੜਕੀਆਂ ਆਪਣੇ ਮਨ ਦੇ ਵਿੱਚ ਇੱਕ ਦਬੀ ਹੋਈ ਇੱਛਾ ਲੈ ਕੇ ਬੈਠੀਆਂ ਨੇ ਕਿ ਮੈਂ ਵੀ ਰੈਂਪ ਵਾਕ ਕਰਨਾ, ਮੈਂ ਸੋਹਣੀ ਦਿਖਦੀ ਹਾਂ, ਮੈਂ ਬੋਨ ਮਾਡਲ ਹਾਂ, ਅਤੇ ਮੈਂ ਵੀ ਕਿਸੇ ਨਾ ਕਿਸੇ ਤਰੀਕੇ ਅੱਗੇ ਜਾਵਾਂ, ਉਹ ਔਕੜਾਂ ਕੀ ਨੇ, ਉਹਨਾਂ ਨੂੰ ਪਾਰ ਕਿਵੇਂ ਪਾ ਸਕਦੀਆਂ ਨੇ? ਦੇਖੋ, ਔਕੜਾਂ ਜੇ ਆਪਾਂ ਮੰਜ਼ਿਲ 'ਤੇ ਪਹੁੰਚਣ ਦਾ ਸੋਚ ਲੈਂਦੇ ਹਾਂ ਨਾ ਵੀ ਅਸੀਂ ਇਸ ਮੰਜ਼ਿਲ 'ਤੇ ਪਹੁੰਚਣਾ ਜੀ, ਤਾਂ ਆਪਾਂ ਜ਼ਰੂਰ ਪਹੁੰਚਾਂਗੇ। ਬਸ ਗੱਲ ਇਹ ਹੈ ਵੀ ਆਪਣੇ ਅੰਦਰ ਜਿਹੜੀ ਚਿਣਗ ਹੈਗੀ ਹੈ ਨਾ, ਉਹਨੂੰ ਕਦੇ ਨਾ ਮਰਨ ਦਿਓ ਜੀ। ਜੇ ਤੁਹਾਡੇ ਅੰਦਰ ਚਿਣਗ ਹੈਗੀ ਹੈ, ਤੁਹਾਨੂੰ ਇੰਨਾ ਜਿਹਾ ਵੀ ਮੌਕਾ ਮਿਲ ਰਿਹਾ ਨਾ ਬਾਹਰ ਨਿਕਲਣ ਦਾ, ਤਾਂ ਪਲੀਜ਼ ਮੈਂ ਇਹੀ ਕਹੂੰਗੀ ਕਿ ਉਸ ਮੌਕੇ ਨੂੰ ਛੱਡੋ ਨਾ ਜੀ। ਫੈਮਿਲੀ ਦੀ ਸਪੋਰਟ ਹੋ ਜਾਂਦੀ ਹੈ, ਬਹੁਤ ਸਾਰੇ ਕੰਮ ਮਤਲਬ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਫੈਮਿਲੀ ਸ਼ੁਰੂ 'ਚ ਸਪੋਰਟ ਨਹੀਂ ਕਰਦੀ, ਪਰ ਇਹ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਹਾਡੀ ਅੰਡਰਸਟੈਂਡਿੰਗ ਆਪਣੀ ਫੈਮਿਲੀ ਨਾਲ ਕਿੱਦਾਂ ਦੀ ਹੈ। ਜੇ ਤੁਹਾਡੀ ਅੰਡਰਸਟੈਂਡਿੰਗ ਹੈਗੀ ਤਾਂ ਫੈਮਿਲੀ ਉਸ ਚੀਜ਼ ਨੂੰ ਸਮਝੇਗੀ ਜੀ। ਬਾਕੀ ਆਪਾਂ ਇਹ ਚੀਜ਼ ਕਹਿੰਦੇ ਵੀ ਪੰਜਾਬੀ ਦੀ ਕਹਾਵਤ ਹੈ, ਆਰੀ ਨੂੰ ਇੱਕ ਪਾਸੇ ਦਿੰਦੇ, ਜਹਾਨ ਨੂੰ ਦੋਨੋਂ ਪਾਸੇ ਦਿੰਦੇ। ਜੇ ਤੁਸੀਂ ਸਕਸੈਸਫੁਲ ਹੋ, ਲੋਕ ਤਾਂ ਵੀ ਤੁਹਾਨੂੰ ਟਿਕਣ ਨਹੀਂ ਦੇਣਗੇ, ਜੇ ਤੁਸੀਂ ਸਕਸੈਸਫੁਲ ਨਹੀਂ ਹੈਗੇ ਤਾਂ ਵੀ ਉਹਨਾਂ ਨੇ ਕਹਿਣਾ ਕਿ ਇਹ 'ਚ ਪਤਾ ਨਹੀਂ ਕਿਹੜੀ ਕਮੀ ਹੈਗੀ ਹੈ, ਜਿਹੜਾ ਪਿੱਛੇ ਰਹਿ ਜਾਂਦਾ। ਜੀ ਜੀ ਜੀ, ਠੀਕ ਹੈ ਨਾ। ਯਾਨੀ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੈਮਿਲੀ ਦੀ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਸਮਾਜ ਦੇ ਵਿੱਚ ਵੀ, ਪਰ ਪਰਸਨਲ ਲੈਵਲ 'ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇੱਕ ਲੜਕੀ ਜਿਹੜੀ ਹੈ ਜਾਂ ਤੁਸੀਂ ਵੀ ਹੋ, ਉਹ ਇਸ ਕੰਪੀਟੀਸ਼ਨ ਦਾ ਹਿੱਸਾ ਬਣ ਚੁੱਕੀ ਜਾਂ ਉਹ ਮਾਡਲਿੰਗ ਦੇ ਖੇਤਰ ਦੇ ਵਿੱਚ ਹੈ, ਉੱਥੇ ਵੀ ਉਹਨੂੰ ਪਰਸਨਲ ਲੈਵਲ 'ਤੇ ਬਹੁਤ ਵਾਰੀ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ। ਪ੍ਰੋਬਲਮਸ ਆਉਂਦੀਆਂ ਨੇ, ਹਾਂਜੀ, ਉਹਦੇ 'ਚ ਪ੍ਰੋਬਲਮਸ ਇਹ ਹੈ ਕਈ ਵਾਰੀ ਸੈਕਸ਼ੂਅਲੀ ਉਹਨਾਂ ਨੂੰ ਹਰਾਸਮੈਂਟ ਕੀਤਾ ਜਾਂਦਾ। ਦੂਸਰਾ ਇਹ ਚੀਜ਼ ਹੋ ਗਿਆ ਕਿ ਐਜ਼ ਏ ਮਾਡਲ ਉਹਨਾਂ ਨੂੰ ਕਈ ਵਾਰੀ ਲੈ ਲਿਆ ਜਾਂਦਾ ਸੌਂਗਸ ਦੇ ਵਿੱਚ, ਪਰ ਜਿਸ ਟਾਈਮ 'ਤੇ ਰਿਲੀਜ਼ਿੰਗ ਹੁੰਦੀ ਆ ਉਸ ਟਾਈਮ 'ਤੇ ਪਤਾ ਲੱਗ ਜਾਂਦਾ ਵੀ ਉਹਨਾਂ ਦੀ ਜਗ੍ਹਾ 'ਤੇ ਕਿਸੇ ਹੋਰ ਨੂੰ ਹੀ ਲੈ ਕੇ ਰਿਲੀਜ਼ ਉਹਨਾਂ ਨੇ ਕਿਸੇ ਨੂੰ ਹੋਰ ਨੂੰ ਕਰਤਾ ਕਿ ਉਹਨੇ ਪੇਮੈਂਟ ਵੱਧ ਦੇਤੀ। ਫਿਰ ਪੇਮੈਂਟ ਦੀ ਗੱਲ ਆਉਂਦੀ ਹੈ, ਮਿਹਨਤ ਹੁੰਦੀ ਹੈ, ਪੂਰੀ ਹੁੰਦੀ ਹੈ, ਪਰ ਉਹਦੇ 'ਚ ਫਿਰ ਪੇਮੈਂਟ ਲਈ ਹਰਾਸਮੈਂਟ ਕਰਦੇ ਨੇ, ਪੇਮੈਂਟ ਘਟਾ ਦਿੰਦੇ ਨੇ, ਜਾਂ ਕਈ ਵਾਰੀ ਦਿੰਦੇ ਹੀ ਨਹੀਂ ਹੈਗੇ, ਉਹ ਵਿਚਾਰੇ ਮਿਹਨਤ ਕਰਦੇ ਰਹਿ ਜਾਂਦੇ ਨੇ, ਜਿਨ੍ਹਾਂ ਨੇ ਮਿਹਨਤ
ਠੀਕ ਹੈ, ਤੇ ਫੈਮਿਲੀ ਨੂੰ ਕਿਤੇ ਨਾ ਕਿਤੇ ਇਹ ਡਰ ਹੁੰਦਾ ਵੀ ਜਿਹੜੀ ਸਾਡੀ ਬੇਟੀ ਹੈਗੀ ਆ ਇੱਜ਼ਤ ਨਾਲ ਹੀ ਜੀਏ ਸਿਰ ਉੱਚਾ ਕਰਕੇ, ਜੀ ਜੀ, ਤਾਂ ਇਹ ਪ੍ਰੋਬਲਮਸ ਆਉਂਦੀਆਂ ਨੇ। ਪਰ ਇਹ ਹੈ ਵੀ ਜੇ ਤੁਹਾਡੇ ਤੁਸੀਂ ਬਰੇਵ ਹੈਗੇ ਹੋ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਹੈਂਡਲ ਕਰ ਸਕਦੇ ਹੋ, ਯਾਨੀ ਕਿ ਫਾਈਨੈਂਸ਼ਲੀ ਵੀ ਸੈਕਸ਼ੂਅਲੀ ਵੀ ਦੋਨੋਂ ਤਰੀਕਿਆਂ ਦੇ ਨਾਲ ਇੱਕ ਔਰਤ ਜਿਹੜੀ ਆ ਉਹਨੂੰ ਇਸ ਖੇਤਰ ਦੇ ਵਿੱਚ ਵੀ ਹਰਾਸਮੈਂਟ ਦਾ ਸਾਹਮਣਾ ਕਰਨਾ ਪੈਂਦਾ ਜਿਹੜਾ ਕਿ ਨੋਰਮਲੀ ਹਰ ਫੀਲਡ ਦੇ ਵਿੱਚ ਹੁੰਦਾ। ਹਾਂਜੀ, ਪਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਉੱਥੇ ਸਟੈਂਡ ਲੈਣਾ ਔਰ ਕਿਵੇਂ ਅੱਗੇ ਵਧਣਾ। ਪਰ ਜੇ ਤੁਸੀਂ ਸਟੈਂਡ ਲੈ ਲਿਆ ਨਾ ਆਪਣਾ, ਫਿਰ ਕੋਈ ਮਾਈ ਦਾ ਲਾਲ ਹੈ ਹੀ ਨਹੀਂ ਕਿ ਤੁਹਾਨੂੰ ਇਸ ਚੀਜ਼ ਦੇ ਵਿੱਚ ਤੁਹਾਨੂੰ ਹਰਾਸ ਕਰੇਗਾ। ਜੀ ਜੀ, ਜੇ ਤੁਸੀਂ ਆਪਣੇ ਅੰਦਰੋਂ ਸਟਰੋਂਗ ਹੋ, ਸਭ ਤੋਂ ਪਹਿਲਾਂ ਅੰਦਰੋਂ ਸਟਰੋਂਗ ਹੋਣਾ ਜ਼ਰੂਰੀ ਹੈ, ਫਿਰ ਤੁਸੀਂ ਹਰ ਔਕੜ ਨੂੰ ਪਾਰ ਕਰਦੇ ਜਾਓਗੇ ਹੌਲੀ ਹੌਲੀ। ਜੀ, ਬਹੁਤ ਵਾਰੀ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਜਿਹੜੀਆਂ ਔਰਤਾਂ ਨੇ ਉਹ ਆ ਵੀ ਜਾਂਦੀਆਂ ਨੇ ਇਸ ਫੀਲਡ ਦੇ ਵਿੱਚ, ਲੜਕੀਆਂ ਜਿਹੜੀਆਂ ਨੇ ਉਹ ਕਰੀਅਰ ਬਣਾ ਵੀ ਲੈਂਦੀਆਂ ਨੇ, ਫਿਰ ਵੀ ਸਰਵਾਈਵਲ ਕਿਤੇ ਨਾ ਕਿਤੇ ਆ ਕੇ ਔਖਾ ਹੋ ਜਾਂਦਾ। ਅਸੀਂ ਬਹੁਤ ਵਾਰ ਇਹੋ ਜਿਹੀਆਂ ਖਬਰਾਂ ਵੀ ਪੜ੍ਹਦੇ ਹਾਂ ਕਿ ਫਲਾਨੀ ਮਾਡਲ ਨੇ ਆਤਮ ਹੱਤਿਆ ਕਰ ਲਈ, ਡਿਪਰੈਸ਼ਨ ਦੇ ਵਿੱਚ ਆ ਗਈ, ਉਹਨਾਂ ਚੀਜ਼ਾਂ ਤੋਂ ਜਦੋਂ, ਕਿਉਂਕਿ ਇੱਕ ਟਾਈਮ ਇਹੋ ਜਿਹੀ ਅਸੀਂ ਇੱਕ ਮੂਵੀ ਵੀ ਇਹੋ ਜਿਹੀ ਦੇਖੀ ਸੀ, ਫੈਸ਼ਨ ਮੂਵੀ, ਜਿਹਦੇ ਵਿੱਚ ਇੱਦਾਂ ਦੀ ਹਰ ਤਰ੍ਹਾਂ ਨੂੰ ਉਸ ਚੀਜ਼ ਨੂੰ ਦਿਖਾਇਆ ਗਿਆ ਸੀ, ਜੋ ਜੋ ਸਰਕਮਸਟਾਂਸਿਸ ਨੇ ਜਿਹਨਾਂ ਦਾ ਉਹ ਸਾਹਮਣਾ ਉਹ ਕਰਦੀਆਂ ਨੇ। ਕਈ ਵਾਰੀ ਕੀ ਹੁੰਦਾ ਹੈ ਕਿ ਉਹ ਸਾਰੀਆਂ ਗੱਲਾਂ ਜੋ ਉਸ ਮੂਵੀ ਦੇ ਵਿੱਚ ਵੀ ਨੇ, ਜੋ ਅਸਲੀਅਤ ਦਾ ਵੀ ਹਿੱਸਾ ਨੇ, ਉਹਨਾਂ ਚੀਜ਼ਾਂ ਤੋਂ ਇੱਕ ਆਮ ਲੜਕੇ, ਇੱਕ ਆਮ ਔਰਤ ਜਿਹਨੇ ਇਹੋ ਜਿਹਾ ਮਾਹੌਲ ਨਹੀਂ ਦੇਖਿਆ ਹੁੰਦਾ, ਉਹ ਕਿਵੇਂ ਪਾਰ ਪਾ ਸਕਦੀ ਹੈ? ਉਹਦੇ ਲਈ ਇਹ ਚੀਜ਼ ਹੈ, ਦੇਖੋ ਜਦ ਤੱਕ ਆਪਾਂ ਕਿਸੇ ਚੀਜ਼ ਦੇ ਅੰਦਰ ਨਹੀਂ ਨਾ ਜਾਵਾਂਗੇ, ਆਪਾਂ ਨੂੰ ਉਹਦੀਆਂ ਬੁਰਾਈਆਂ ਜਾਂ ਅੱਛਾਈਆਂ ਸਮਝ ਹੀ ਨਹੀਂ ਆਉਣਗੀਆਂ। ਜੇ ਕਹਿੰਦੇ ਆ ਵੀ ਆਪਾਂ ਚਿੱਕੜ 'ਚੋਂ ਕਮਲ ਦਾ ਫੁੱਲ ਕੱਢਣਾ ਤਾਂ ਸਾਨੂੰ ਚਿੱਕੜ 'ਚ ਜਾਣਾ ਹੀ ਪੈਣਾ। ਜੀ ਜੀ, ਸੋ ਇਸ ਕਰਕੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਉੱਥੇ ਜਾਣਾ ਹੀ ਪੈਣਾ ਤਾਂ ਕਿ ਅਸੀਂ ਇਸ ਪ੍ਰੋਬਲਮ ਤੋਂ ਛੁਟਕਾਰਾ ਵੀ ਪਾ ਸਕੀਏ। ਹਾਂਜੀ, ਕਿਉਂਕਿ ਨੋਰਮਲੀ ਕੀ ਹੁੰਦਾ, ਸਾਡੇ ਕੋਲ ਮੌਕਾ ਹੁੰਦਾ, ਅਸੀਂ ਡਰ ਜਾਂਦੇ, ਜਿਹੜਾ ਮਨ ਦਾ ਡਰ ਹੈ ਉਹਨੂੰ ਮਨ ਦਾ ਡਰ ਕੰਟਰੋਲ ਕਰਨਾ ਚਾਹੀਦਾ ਕਿ ਨਹੀਂ ਅਸੀਂ ਕਰ ਸਕਦੇ ਹਾਂ। ਪਹਿਲਾਂ ਤਾਂ ਆਪਣੇ ਆਪ 'ਤੇ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਕਿ ਜੇ, ਕਿਉਂਕਿ ਦੁਨੀਆ 'ਚ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਇਨਸਾਨ ਹੈ ਜਿਹੜਾ ਨਹੀਂ ਕਰ ਸਕਦਾ। ਜੇ ਇਨਸਾਨ ਨੇ ਤਾਲਾ ਬਣਾਇਆ ਨਾ, ਚਾਬੀ ਬਣਾਈ ਹੈ, ਤਾਂ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ। ਜੇ ਦੁਨੀਆ ਦਾ ਕੋਈ ਤਾਲਾ ਐਸਾ ਨਹੀਂ ਚਾਬੀ ਤੋਂ ਬਿਨਾਂ ਜਿਹੜਾ ਨਹੀਂ ਖੁੱਲ ਸਕਦਾ, ਤਾਂ ਕੋਈ ਪ੍ਰੋਬਲਮ ਐਸੀ ਨਹੀਂ ਹੈਗੀ ਜਿਹਦਾ ਸਲਿਊਸ਼ਨ ਨਹੀਂ ਹੈਗਾ। ਜੀ ਬਿਲਕੁਲ, ਸੋ ਹਰ ਪ੍ਰੋਬਲਮ ਦਾ ਸਲਿਊਸ਼ਨ ਵੀ ਹੁੰਦਾ। ਬਹੁਤ ਸਾਰੀਆਂ ਲੇਡੀਜ਼ ਇਸ ਵੇਲੇ, ਬਹੁਤ ਸਾਰੀਆਂ ਕੁੜੀਆਂ ਇਸ ਵੇਲੇ ਤੁਹਾਨੂੰ ਦੇਖ ਰਹੀਆਂ ਨੇ, ਔਰ ਉਹ ਵੀ ਚਾਹੁੰਦੀਆਂ ਨੇ ਕਿ ਤੁਹਾਡੇ ਵਾਂਗ ਇਹ ਕਰਾਊਨ ਜਿਹੜਾ ਉਹ ਆਪਣੇ ਸਿਰ 'ਤੇ ਸਜਾ ਸਕਣ, ਔਰ ਉਹਨਾਂ ਦੀ ਦਿਲੀ ਖੁਆਇਸ਼ ਜਿਹੜੀ ਹੈ ਉਹ ਕਿਵੇਂ ਪੂਰੀ ਹੋ ਸਕਦੀ ਹੈ, ਉਹਦੇ ਲਈ ਸਭ ਤੋਂ ਪਹਿਲਾ ਸਟੈਪ ਕੀ ਹੋਣਾ ਚਾਹੀਦਾ? ਦੇਖੋ, ਸਭ ਤੋਂ ਪਹਿਲਾ ਸਟੈਪ ਤਾਂ ਇਹੀ ਹੈ ਕਿ ਜੇ ਤੁਹਾਡੇ 'ਚ ਕੋਈ ਹੁਨਰ ਹੈਗਾ, ਕੋਈ ਚਿਣਗ ਹੈਗੀ ਹੈ, ਤਾਂ ਉਹਨੂੰ ਆਪਣੇ ਅੰਦਰ ਦਬਾਓ ਨਾ, ਉਹਨੂੰ ਥੋੜ੍ਹਾ ਬਾਹਰ ਕੱਢੋ। ਜੀ ਠੀਕ ਹੈ। ਦੂਸਰਾ ਇਹ ਹੈ, ਸੋਸ਼ਲ ਮੀਡੀਆ 'ਤੇ ਆਪਣੇ ਕੋਲ ਕਿੰਨੇ ਮੌਕੇ ਆਉਂਦੇ ਨੇ, ਕਿੰਨੇ ਜ਼ਿਆਦਾ, ਹਰ ਰੋਜ਼ ਆਪਾਂ ਦੇਖ ਰਹੇ ਹਾਂ, ਨਿਊਜ਼ ਪੇਪਰ 'ਚ ਦੇਖ ਰਹੇ ਹਾਂ, ਟੀਵੀ 'ਤੇ ਐਡਸ ਆਉਂਦੀਆਂ ਨੇ, ਠੀਕ ਹੈ, ਸੋਸ਼ਲ ਆਪਣਾ ਫੇਸਬੁੱਕ 'ਤੇ ਹੈਗੀਆਂ, ਇੰਸਟਾਗ੍ਰਾਮ 'ਤੇ ਕਿੰਨੀਆਂ ਬੜੀਆਂ ਐਡਸ ਆਉਂਦੀਆਂ। ਇੱਕ ਵਾਰੀ ਟਰਾਈ ਜ਼ਰੂਰ ਕਰਨਾ ਚਾਹੀਦਾ ਜੇ ਉਹਨਾਂ ਦੇ ਮਨ ਦੇ ਵਿੱਚ ਹੈਗਾ ਕਿ ਅਸੀਂ ਜਾਣਾ ਹੈਗਾ, ਅੱਗੇ ਵਧਣਾ ਅਸੀਂ। ਔਰ ਇਸੇ ਹੀ ਮੌਕੇ ਦਾ ਫਾਇਦਾ ਉਠਾਉਣ ਦੇ ਲਈ ਸਾਡੇ ਕੋਲ ਇੱਕ ਫੋਨ ਕਾਲ ਪਹੁੰਚੀ ਹੈ। ਜੀ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਨਾਰੀ ਮੰਚ ਵਿੱਚ। ਹੈਲੋ, ਨਮਸਕਾਰ ਜੀ। ਨਮਸਕਾਰ ਜੀ, ਸਰੂਪ ਸਿੰਘ ਜੀ, ਆਪਣਾ ਸਵਾਲ ਰੱਖੋ। ਹਾਂ, ਹਰਪ੍ਰੀਤ ਮੈਡਮ ਨਮਸਕਾਰ। ਨਮਸਕਾਰ ਸਰ। ਮੈਮ, ਮੇਰਾ ਸਵਾਲ ਹੈ ਕਿ ਜੇ ਕੋਈ ਪਰਿਵਾਰ ਚੋਂ ਬੱਚੇ ਮਾਡਲਿੰਗ ਲਈ ਜਾਣਾ ਚਾਹੁੰਦੀ ਹੈ, ਉਹਦਾ ਪਰਿਵਾਰ ਉਹਨੂੰ ਸਹਿਯੋਗ ਨਹੀਂ ਕਰਦਾ, ਤੇ ਇਸ ਹਾਲਾਤ 'ਚ ਬੱਚੀ ਕੀ ਕਰੇ, ਤੇ ਜਾਂ ਤੁਸੀਂ ਜਦੋਂ ਮਾਡਲਿੰਗ 'ਚ ਆਏ ਤੁਹਾਨੂੰ ਕਿਹੜੀ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਕਿਰਪਾ ਕਰਕੇ ਬੱਚੀਆਂ ਨੂੰ ਇਸ ਤੋਂ ਜਾਣੂ ਹੋਣਗੀਆਂ ਤਾਂ ਹੋਰ ਜ਼ਿਆਦਾ ਮਾਡਲਿੰਗ ਨੂੰ ਅਪਣਾਉਣਗੀਆਂ, ਇਸ ਬਾਰੇ ਦੱਸਿਆ ਗਿਆ। ਜੀ ਠੀਕ ਹੈ ਸਰ, ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈਗਾ। ਉਹਦੇ 'ਚ ਇਹ ਚੀਜ਼ ਹੈਗੀ ਆ, ਆਪਾਂ ਮਾਡਲਿੰਗ ਨੂੰ ਇੱਕ ਇਹ ਚੀਜ਼ ਲੈ ਕੇ ਚੱਲਦੇ ਹਾਂ ਕਿ ਜਿਹੜਾ ਮਾਡਲਿੰਗ ਖੇਤਰ ਹੈਗਾ ਬਸ ਵੀ ਹਾਂ ਬਹੁਤ ਲਾਈਟ ਯੇ ਵੋ ਗਲੈਮਰ ਵਾਲਾ ਹੈਗਾ, ਪਰ ਉਹਦੇ ਵਿੱਚ ਬਹੁਤ ਸਾਰੇ ਬਿਊਟੀ ਪ੍ਰੈਜੈਂਟ ਐਸੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਨਿਰੋਲ ਸੱਭਿਆਚਾਰ ਨੂੰ ਪ੍ਰੈਜੈਂਟ ਕਰਦੇ ਹਾਂ। ਠੀਕ ਹੈ ਨਾ, ਉਹਦੇ 'ਚ ਆਪਾਂ ਆਪਣੇ ਸੱਭਿਆਚਾਰ ਨੂੰ ਅੱਗੇ ਪ੍ਰਮੋਟ ਕਰ ਰਹੇ ਹੁੰਦੇ ਹਾਂ। ਕਿੰਨੇ ਬੜੇ ਹੈਗੇ ਆ ਪ੍ਰੈਜੈਂਟ ਜਿਹਦੇ 'ਚ ਆਪਣਾ ਗਿੱਧੇ ਦੀ ਵੀ ਪਰਫੋਰਮੈਂਸ ਹੁੰਦੀ ਹੈ, ਲੋਕ ਗੀਤਾਂ ਦੀ ਵੀ ਪਰਫੋਰਮੈਂਸ ਹੁੰਦੀ ਹੈ, ਅਤੇ ਆਪਣੇ ਲੋਕ ਪਹਿਰਾਵੇ ਦੀ ਵੀ ਹੁੰਦੀ ਹੈ। ਆਪਾਂ ਜੇ ਦੂਸਰਾ ਇਕੱਲਾ ਗਲੈਮਰ ਵਾਲਾ ਪਾਸਾ ਨਾ ਦੇਖੀਏ, ਆਪਾਂ ਇਹ ਵੀ ਚੀਜ਼ ਦੇਖੀਏ ਕਿ ਆਪਾਂ ਸੱਭਿਆਚਾਰ ਨੂੰ ਵੀ ਪ੍ਰਮੋਟ ਕਰ ਸਕਦੇ ਹਾਂ। ਕੋਈ ਜ਼ਰੂਰੀ ਨਹੀਂ ਹੈ ਆਪਾਂ ਦੂਸਰੇ ਬਿਊਟੀ ਪੇਜੈਂਟ 'ਚ ਜਾਣਾ, ਆਪਾਂ ਸੱਭਿਆਚਾਰ ਵਾਲੇ 'ਚ ਵੀ ਜਾ ਸਕਦੇ ਹਾਂ। ਜੀ ਬਿਲਕੁਲ, ਉਹਦੇ 'ਚ ਵੀ ਆਪਾਂ ਅੱਗੇ ਵੱਧ ਸਕਦੇ ਹਾਂ, ਉਹਦੇ 'ਚ ਵੀ ਨਾਮ ਲੈ ਸਕਦੇ ਹਾਂ। ਜੀ, ਉਹਨਾਂ ਨੇ ਕਿਹਾ ਤੁਹਾਨੂੰ ਕੀ ਔਕੜਾਂ ਆਈਆਂ? ਮੈਨੂੰ ਸਰ ਬਹੁਤ ਸਾਰੀਆਂ ਔਕੜਾਂ ਆਈਆਂ ਉਹਦੇ 'ਚ। ਇਹ ਚੀਜ਼ ਸਭ ਤੋਂ ਪਹਿਲੀ ਗੱਲ ਸੀ ਕਿ ਮੈਂ ਮੈਰਿਡ ਸੀ। ਠੀਕ ਹੈ, ਜਿਹੜੀ ਲੜਕੀ ਸਿੰਗਲ ਹੋਏਗੀ ਉਹਦੇ ਲਈ ਇਹ ਚੀਜ਼ਾਂ, ਉਹਨੇ ਇਕੱਲੀ ਫੈਮਿਲੀ ਮਤਲਬ ਆਪਣੇ ਪੇਰੈਂਟਸ ਦਾ ਹੋਏਗਾ ਕਿ ਆਪਣੇ ਪੇਰੈਂਟਸ ਤੋਂ ਪਰਮਿਸ਼ਨ ਲੈਣੀ ਹੈ,
ਤੇ ਜਦ ਮੈਂ ਇਸ ਫੀਲਡ 'ਚ ਆਈ ਹਾਂ, ਮੈਨੂੰ ਆਪਣੇ ਹਸਬੈਂਡ ਤੋਂ ਵੀ ਪਰਮਿਸ਼ਨ ਲੈਣੀ ਪਈ, ਮੈਨੂੰ ਮੇਰੇ ਮਦਰ ਲਾਅ ਤੋਂ ਵੀ ਪਰਮਿਸ਼ਨ ਲੈਣੀ ਪਈ, ਮੈਨੂੰ ਸਭ ਤੋਂ ਵੱਡੀ ਗੱਲ ਮੇਰੀ ਬੇਟੀ ਤੋਂ ਵੀ ਪਰਮਿਸ਼ਨ ਇੱਕ ਲੈਣੀ ਹੋਰ ਪਈ। ਫੋਨ ਕਾਲ ਆਈ ਹੈ ਜੀ ਸਾਡੇ ਕੋਲ, ਔਰ ਉਹ ਵੀ ਪਰਮਿਸ਼ਨ ਮੰਗ ਰਹੀ ਕਿ ਸਾਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾਓ। ਸਵਾਗਤ ਹੈ ਜੀ ਤੁਹਾਡਾ, ਸਵਾਲ ਰੱਖੋ ਆਪਣਾ। ਹੈਲੋ, ਮੈਨੂੰ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਲਾਬ ਜੀ, ਆਪਣਾ ਸਵਾਲ ਰੱਖ ਦਿਓ। ਹਾਂ, ਪਹਿਲਾਂ ਤਾਂ ਧੰਨਵਾਦ ਜੀ, ਡੀ ਡੀ ਪੰਜਾਬੀ ਦਾ ਬਹੁਤ ਵਧੀਆ ਵਿਸ਼ਾ ਹੈ ਜੀ। ਹਾਂਜੀ, ਦੂਸਰਾ ਕੋਈ ਵੀ ਹੋਵੇ, ਸ਼ੱਕ ਲੜਕੀ ਹੈ ਚਾਹੇ ਔਰਤਾਂ ਨੇ ਜੀ, ਉਹਨੂੰ ਆਪਣਾ ਨਾ ਇਹ ਜਿਹੜਾ ਮੌਕਾ ਗਵਾਉਣਾ ਨਹੀਂ ਚਾਹੀਦਾ। ਹਾਂਜੀ ਸਰ। ਹਾਂਜੀ, ਤੇ ਉਹ ਜਦੋਂ ਦੂਸਰਾ ਮੇਰਾ ਸਵਾਲ, ਜਦੋਂ ਕੋਈ ਵੀ ਲੜਕੀ ਜਾਂ ਔਰਤ ਆ, ਉਹ ਆਪਣੇ ਪ੍ਰੋਫੈਸ਼ਨਲ ਤੌਰ ਤੇ ਨਾ ਜਦੋਂ ਕਲਾ ਦਾ ਪ੍ਰਦਰਸ਼ਨ ਕਰਦੀ ਹੈ, ਚਾਹੇ ਉਹ ਸਟੇਜ ਤੇ ਜਾਂਦੀ ਹੈ, ਰੰਗ ਮੰਚ ਨਾਲ ਜੁੜਦੀ ਹੈ ਜੀ, ਜਾਂ ਫਿਲਮਾਂ ਦੇ ਵਿੱਚ ਜਾਂਦੀ ਹੈ, ਕਈ ਵਾਰੀ ਉਹਦੇ ਮਾਪੇ ਸਾਥ ਨਹੀਂ ਦਿੰਦੇ, ਲੋਕ ਵੀ ਕਿਸ ਤਰ੍ਹਾਂ ਦਾ ਬੋਲਦੇ ਆ, ਤੇ ਉਹ ਜੋ ਲੜਕੀ ਨੇ ਜਾਂ ਔਰਤ ਨੇ ਅੱਗੇ ਵਧਣਾ, ਉਹਦੇ ਵਿੱਚ ਉਹਨੂੰ ਕੀ ਕਰਨਾ ਪਊਗਾ। ਦੂਸਰਾ, ਕਈ ਲੜਕੀਆਂ ਜਾਂ ਔਰਤਾਂ ਜਦੋਂ ਉਹ ਮਾਡਲਿੰਗ ਦੇ ਤੌਰ ਦੇ ਵਿੱਚ ਕਲਾ ਦਾ ਪ੍ਰਦਰਸ਼ਨ ਕਰਦੀਆਂ, ਉਹ ਕਈ ਨਸ਼ਿਆਂ ਦਾ ਸੇਵਨ ਕਰਨ ਲੱਗ ਜਾਂਦੀਆਂ ਜੀ, ਤੇ ਇਸ ਵਿਸ਼ੇ ਤੇ ਵੀ ਥੋੜਾ ਜਿਹਾ ਦੱਸੋ ਜੀ। ਸਰ, ਇਸ ਫੀਲਡ ਦੇ ਵਿੱਚ ਗਲੈਮਰ ਦੇ ਨਾਲ ਨਾਲ ਬਹੁਤ ਕੁਛ ਹੈ, ਉਹਦੇ ਚ ਜਦ ਤੱਕ ਤੁਸੀਂ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਚੱਲੋਗੇ, ਤੁਸੀਂ ਅੱਗੇ ਨਹੀਂ ਵੱਧ ਸਕਦੇ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਸੰਭਾਲਿਆ ਨਾ, ਤੁਸੀਂ ਨਸ਼ਿਆਂ 'ਚ ਵੀ ਪਾਓਗੇ ਜੀ, ਅਤੇ ਬਾਕੀ ਹੋਰ ਜਿੰਨੀਆਂ ਮਾੜੀਆਂ ਆਦਤਾਂ ਹੈਗੀਆਂ ਨੇ ਉਹ ਤਾਂ ਹੈ ਹੀ ਹੈ। ਦੇਖੋ, ਅੱਗੇ ਜਿਵੇਂ ਕਹਿ ਲਓ ਨਾ, ਜੇ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਨਾ, ਅਤੇ ਬਾਕੀਆਂ ਨੂੰ ਆਪਣੇ ਪਿੱਛੇ ਲਾ ਲਓ ਜੀ। ਬਿਲਕੁਲ ਜੀ, ਬਾਕੀਆਂ ਨੂੰ ਆਪਣੇ ਪਿੱਛੇ ਲਾ ਲਓ, ਅਤੇ ਉਹ ਜ਼ਿਆਦਾ ਬੈਟਰ ਹੈ, ਬਜਾਏ ਇਸ ਦੇ ਵੀ ਮਾੜੀਆਂ ਆਦਤਾਂ ਤੁਸੀਂ ਅਪਣਾਉਣੀਆਂ ਨੇ। ਜਿਨ੍ਹਾਂ ਦੇ ਕੋਲ ਮਾੜੀਆਂ ਆਦਤਾਂ ਹੈਗੀਆਂ ਨੇ, ਉਹਨਾਂ ਨੂੰ ਤੁਹਾਡਾ ਇੰਪ੍ਰੈਸ਼ਨ ਉਹਨਾਂ ਦੇ ਸਾਹਮਣੇ ਇਹ ਚੀਜ਼ ਹੋਣੀ ਚਾਹੀਦੀ ਹੈ ਵੀ ਨਹੀਂ, ਇਹਨੂੰ ਮੈਂ ਉਹਦੇ 'ਚ ਇੰਨੀ ਹਿੰਮਤ ਹੀ ਨਾ ਹੋਵੇ ਵੀ ਉਹ ਤੁਹਾਨੂੰ ਔਫਰ ਕਰ ਸਕੇ ਵੀ ਤੁਸੀਂ ਇਹ ਨਸ਼ਾ ਕਰ ਲਓ। ਬਿਲਕੁਲ ਜੀ, ਸਭ ਤੋਂ ਵੱਡੀ ਗੱਲ ਹੈ ਕਿ ਫੀਲਡ ਕੋਈ ਵੀ ਹੋਵੇ, ਉੱਥੇ ਸਭ ਤੋਂ ਪਹਿਲਾਂ ਕਿਸੇ ਵੀ ਔਰਤ ਨੂੰ, ਕਿਸੇ ਵੀ ਲੜਕੀ ਨੂੰ ਆਪਣੇ ਆਪ ਨੂੰ ਸੰਭਾਲਣਾ ਪੈਂਦਾ। ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਸੋ ਜਾਂਦੇ ਜਾਂਦੇ ਹਰਪ੍ਰੀਤ ਜੀ, ਕੋਹਿਨੂਰ ਮਿਸਿਸ ਵਰਲਡ ਪੰਜਾਬਨ 2018 ਦੇ ਫਸਟ ਰਨਰ ਅਪ ਹੋ ਤੁਸੀਂ, ਇਹ ਕੁੜੀਆਂ, ਇਹ ਔਰਤਾਂ ਜਿਹੜੀਆਂ ਤੁਹਾਨੂੰ ਇਸ ਵੇਲੇ ਦੇਖ ਰਹੀਆਂ ਨੇ ਸਾਡੇ ਪ੍ਰੋਗਰਾਮ ਦੇ ਰਾਹੀਂ, ਸੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਉਹ ਵੀ ਅੱਗੇ ਵਧਣ? ਉਹਨਾਂ ਨੂੰ ਮੈਂ ਇਹੀ ਸੁਨੇਹਾ ਦਊਂਗੀ ਕਿ ਪਲੀਜ਼ ਆਪਣੇ ਹੁਨਰ ਨੂੰ ਦਬਾ ਕੇ ਨਾ ਰੱਖੋ, ਜੋ ਵੀ ਤੁਹਾਡੇ ਕੋਲ ਹੁਨਰ ਹੈਗਾ ਨਾ ਉਹਨੂੰ ਬਾਹਰ ਕੱਢੋ, ਚਾਹੇ ਆਪਣੀ ਫੈਮਿਲੀ ਦੇ ਬੱਚਿਆਂ ਦੇ ਥਰੂ ਕੱਢੋ, ਚਾਹੇ ਬਿਊਟੀ ਪੇਜੈਂਟ ਦੇ ਥਰੂ ਜਾਓ ਤੁਸੀਂ, ਅਤੇ ਭਾਵੇਂ ਆਪਣੀ ਘਰ ਦੇ ਵਿੱਚ ਇੱਕ ਛੋਟੀ ਜਿਹੀ ਅਕੈਡਮੀ ਖੋਲ੍ਹ ਕੇ ਤੁਸੀਂ ਸਿਖਾ ਸਕਦੇ ਹੋ। ਜਿਵੇਂ ਕਹਿ ਲਓ ਹੀਰੇ ਦੀ ਚਮਕ ਹੈ ਨਾ ਜਿਹੜੀ, ਉਹ ਦੂਰ ਦੂਰ ਤੱਕ ਆਪਣੇ ਆਪ ਹੀ ਚਲੀ ਜਾਂਦੀ ਹੈ ਜਦੋਂ ਉਹਨੂੰ ਤਰਾਸ਼ਿਆ ਜਾਂਦਾ, ਉਹ ਹੌਲੀ ਹੌਲੀ ਤਰਾਸ਼ਿਆ ਜਾਂਦਾ ਅਤੇ ਚਮਕ ਕਦੇ ਜਿਹੜੀ ਹੈਗੀ ਉਹ ਘੱਟਦੀ ਨਹੀਂ, ਵੱਧਦੀ ਹੋਈ ਜਾਂਦੀ ਹੈ। ਬਿਲਕੁਲ ਜੀ, ਜੇ ਤੁਹਾਡੇ ਅੰਦਰ ਸੰਭਾਵਨਾ ਹੈ, ਮੌਕੇ ਆਪਣੇ ਆਪ ਮਿਲਣਗੇ ਤੁਹਾਨੂੰ, ਔਰ ਅੱਜ ਦਾ ਇਹ ਪ੍ਰੋਗਰਾਮ ਬਸ ਇੱਥੇ ਸਮੇਟਣ ਦੀ ਸਾਨੂੰ ਇਜਾਜ਼ਤ ਦਿਓ। ਸ਼ੁਕਰੀਆ।